ਦੇਖੋ ਰਵਨੀਤ ਸਿੰਘ ਬਿੱਟੂ ਸ਼ਾਮਿਲ ਨਹੀਂ ਹੋਏ ਔਰ ਕੌਣ ਸ਼ਾਮਿਲ ਹੋਇਆ ਕੌਣ ਨਹੀਂ ਹੋਇਆ ਜ਼ਰੂਰੀ ਨਹੀਂ ਹੈ। ਇਹ ਤਾਂ ਭਾਰਤ ਭੂਸ਼ਣ ਆਸ਼ੂ ਜੀ ਵੀ ਸ਼ਾਮਿਲ ਨਹੀਂ ਹੋਏ, ਇਹ ਤਾਂ ਕੋਈ ਹੋਰ ਸੱਜਣ ਵੀ ਨਹੀਂ ਹੋ ਸਕਦਾ। ਇਹਦਾ ਮਤਲਬ ਇਹ ਨਹੀਂ ਹੈ ਕਿ ਕਾਂਗਰਸ ਪਾਰਟੀ ਦਾ ਕੋਈ ਕਿਸੇ ਨਾਲ ਲਾਗਾ ਦੇਗਾ ਨਹੀਂ ਹੈ ਜਾਂ ਨਾਰਾਜ਼ਗੀ ਹੈ। ਸਭ ਅਸੀਂ ਇੱਕ ਪਲੈਟਫਾਰਮ 'ਤੇ ਇਕੱਠੇ ਹਾਂ। ਜ਼ਰੂਰੀ ਨਹੀਂ ਇੱਥੇ 100 ਵਿਅਕਤੀ ਹੋਰ ਵੀ ਕਾਂਗਰਸ ਦੇ ਵੱਡੇ ਲੀਡਰ ਨਹੀਂ ਆਏ। ਇਹ ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਇਹ ਰੋਸ ਮਾਰਚ ਹੋ ਰਿਹਾ, ਸੋ ਉਸ ਜ਼ਿਲ੍ਹੇ ਦੇ ਲੀਡਰਾਂ ਨੂੰ ਸੱਦਿਆ ਜਾਂਦਾ। ਕਈ ਵਾਰੀ ਕਿਸੇ ਨੂੰ ਜ਼ਰੂਰੀ ਕੰਮ ਜ਼ਰੂਰੀ ਰੁਝੇਵੇਂ ਹੋਣ ਦੇ ਕਾਰਨ ਉਹ ਨਹੀਂ ਆ ਸਕੇ ਹੋਣੇ। ਬਾਕੀ ਸਾਰੇ ਸਾਡੇ ਸਤਿਕਾਰਯੋਗ ਲੀਡਰ ਨੇ, ਫੋਨ ਤਾਂ ਬਹੁਤ ਵਾਰ ਇੱਕ ਦੂਜੇ ਤੋਂ ਨਹੀਂ ਚੱਕੇ ਜਾਂਦੇ ਭਰਾ ਮੇਰੇ, ਆ ਮੈਂ ਵੀ ਨਹੀਂ ਕਈ ਵਾਰੀ ਫੋਨ ਚੱਕ ਸਕਦਾ, ਲੇਕਿਨ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀ ਗੱਲ ਹੈ। ਕੋਈ 3 ਵਾਰੀ ਉਹਨਾਂ ਨੂੰ ਲੋਕ ਸਭਾ ਦਾ ਇੱਥੋਂ ਜਿਤਾ ਕੇ ਭੇਜਿਆ।